ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਪਹੁੰਚ ਚੁੱਕੇ ਨੇ ਆਫਿਸ ਮਨਪ੍ਰੀਤ ਕੌਰ ਆਪਣਾ ਵੀਜ਼ਾ ਲੈਣ ਲਈ ਸਭ ਤੋਂ ਪਹਿਲਾਂ ਇਹਨਾਂ ਨੂੰ ਵੀਜ਼ਾ ਹੈਂਡਓਵਰ ਕਰਦੇ ਹਾਂ ਕੰਗ੍ਰੈਚੁਲੇਸ਼ਨਸ ਮਨਪ੍ਰੀਤ ਮਨਪ੍ਰੀਤ ਕਿਵੇਂ ਲੱਗ ਰਿਹਾ ਅੱਜ ਵੀਜ਼ਾ ਆ ਗਿਆ ਤੁਹਾਡਾ ਆਈ ਫੀਲ ਓਵਰ ਡਨ ਲੈਂਡਮਾਰਕ ਤਾਂ ਕਿਵੇਂ ਪਤਾ ਲੱਗਿਆ ਸੀ ਤੁਹਾਨੂੰ ਐਕਚੁਅਲੀ ਮੇਰੀ ਸਿਸਟਰ ਹੈ ਉਹਨਾਂ ਨੇ ਇੱਥੋਂ ਅਪਲਾਈ ਕੀਤਾ ਸੀਗਾ ਮੈਮ ਅਤੇ ਫਿਰ ਉਹਨਾਂ ਦਾ ਵੀਜ਼ਾ ਆ ਗਿਆ ਸੀਗਾ ਸੋ ਫਿਰ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਐਂਡ ਮੇਰੀ ਪਹਿਲਾਂ ਟੂ ਰਿਫਿਊਜ਼ਲ ਸੀ ਫਰੋਮ ਅਦਰ ਕੰਸਲਟੈਂਟਸ ਅਤੇ ਫਿਰ ਥਰਡ ਟਾਈਮ ਮੈਂ 20 July ਨੂੰ ਇਸ ਈਅਰ ਦੇ ਵਿੱਚ ਫਾਈਲ ਅਪਲਾਈ ਕੀਤੀ ਐਂਡ ਮੇਰਾ ਵਿਦਿਨ 4 days 'ਚ ਵੀਜ਼ਾ ਆ ਗਿਆ ਸੀ 24 July ਨੂੰ ਮਤਲਬ ਜਿਵੇਂ ਪਹਿਲਾਂ 2 ਰਿਫਿਊਜ਼ਲ ਸੀਗੀਆਂ ਅਤੇ ਫਿਰ ਲੈਂਡਮਾਰਕ ਵਿੱਚ ਲੈਂਡਮਾਰਕ 'ਚ ਆਉਣ ਦਾ ਕਿਵੇਂ ਸੋਚਿਆ ਤੁਸੀਂ ਕਿ ਕਿਵੇਂ ਟਰੱਸਟ ਬਣਿਆ ਕਿ ਵੀਜ਼ਾ ਇੱਥੋਂ ਆਏਗਾ ਓਕੇ ਪਹਿਲਾਂ ਮੈਮ ਮੈਂ ਕਾਫੀ ਜਦੋਂ 2 ਰਿਫਿਊਜ਼ਲਸ ਆ ਗਈਆਂ ਕਾਫੀ ਬ੍ਰੇਕ ਡਾਊਨ ਹੋ ਗਈ ਤਾਂ ਮੈਂ ਸੋਚਿਆ ਹੁਣ ਨਹੀਂ ਲੱਗਦਾ ਵੀਜ਼ਾ ਮੈਨੂੰ ਕਾਲਜ ਜਾਂ ਫਿਰ ਕੰਟਰੀ ਹੀ ਚੇਂਜ ਡਰ ਸੀ ਕੰਟਰੀ ਹੀ ਚੇਂਜ ਕਰਨਾ ਪਊਗਾ ਇੱਕ ਐਵੇਂ ਸੀਗਾ ਕਿ ਮੇਰੀ ਆਇਲਸ ਵੈਲਿਡਿਟੀ ਜੋ ਸੀਗੀ ਉਹ ਖਤਮ ਹੋਣ ਜਾ ਰਹੀ ਸੀਗੀ ਸੋ ਫਿਰ ਮੈਂ ਕਾਫੀ ਸਾਰੇ ਸਰਚ ਕੀਤੇ ਬਟ ਮੇਰੀ ਸਿਸਟਰ ਨੇ ਮੈਨੂੰ ਐਡਵਾਈਸ ਕੀਤੀ ਤੂੰ ਇੱਕ ਵਾਰੀ ਗੱਲ ਕਰਕੇ ਦੇਖ ਫਿਰ ਮੇਰੇ ਅਮਿਤ ਸਰ ਨੇ ਜਿਹੜੇ ਉੱਥੇ ਕਾਉਂਸਲਰ ਨੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਮੈਨੂੰ ਕੋਰਸ ਦੱਸੇ ਅਕੋਰਡਿੰਗ ਟੂ ਮਾਈ ਮਾਰਕਸ ਅਤੇ ਫਿਰ ਮੈਨੂੰ ਕਾਫੀ ਵਧੀਆ ਲੱਗਿਆ ਫਿਰ ਮੇਰੀ ਗੁਰਪ੍ਰੀਤ ਸਰ ਨਾਲ ਗੱਲ ਕਰਵਾਈ ਐਂਡ ਮੈਨੂੰ ਕਾਫੀ ਸੈਟਿਸਫੈਕਸ਼ਨ ਹੋਈ ਕਿ ਮੇਰਾ ਵੀਜ਼ਾ ਆ ਜਾਵੇਗਾ ਐਂਡ ਤਨੂਜਾ ਮੈਮ ਤਾਨੀਆ ਮੈਮ ਨੇ ਕਾਫੀ ਹੈਲਪ ਕੀਤੀ ਓਕੇ ਅਤੇ ਇੰਡੀਆ ਦੀ ਸਟੱਡੀ ਕੀ ਸੀ ਤੁਹਾਡੀ ਮੇਰੀ ਪਲੱਸ ਟੂ ਸੀ ਮੈਮ ਇਨ 2019 ਓਕੇ ਔਰ ਆਇਲਸ ਪੈਂਟ ਸਕੋਰ ਆਇਲਸ ਟੂ 6 ਈਚ ਮੈਮ 6 ਈਚ ਹੁਣ ਕਿਹੜੇ ਕਾਲਜ ਔਰ ਕੋਰਸ ਤੁਸੀਂ ਜਾ ਰਹੇ ਹੋ ਆਈ ਐਮ ਗੋਇੰਗ ਟੂ ਅ ਕਿਆਨੋ ਕਾਲਜ ਇਨ ਅਲਬਰਟਾ ਪ੍ਰੋਵਿੰਸ ਆਈ ਨੀਡ ਫਾਰ ਆਫਿਸ ਐਡਮਿਨਿਸਟ੍ਰੇਸ਼ਨ ਐਡਮਿਨਿਸਟ੍ਰੇਸ਼ਨ ਸਰਟੀਫਿਕੇਟ 1 year ਡਿਪਲੋਮਾ 1 year ਡਿਪਲੋਮਾ ਓਕੇ ਸਾਡੇ ਜਿਹੜੇ ਵਿਊਜ਼ ਦੇਖ ਰਹੇ ਨੇ ਕੀ ਰਿਕਮੈਂਡ ਕਰਨਾ ਚਾਹੁੰਦੇ ਹੋ ਕਿ ਜਿਵੇਂ ਤੁਹਾਡੀਆਂ 2 ਰਿਫਿਊਜ਼ਲ ਸੀਗੀਆਂ ਫਿਰ ਤੁਸੀਂ ਲੈਂਡਮਾਰਕ 'ਚ ਆਏ ਆ ਤੁਹਾਡਾ ਵੀਜ਼ਾ ਮਿਲ ਗਿਆ ਤੁਹਾਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਇੱਕ ਵਾਰੀ ਪਲੀਜ਼ ਗੱਲ ਕਰਕੇ ਦੇਖੋ ਐਂਡ ਆਪਣੀ ਪ੍ਰੋਫਾਈਲ ਸ਼ੇਅਰ ਕਰੋ ਬਿਕੋਜ਼ ਆਈ ਐਮ ਟੋਟਲੀ ਸੈਟਿਸਫਾਈਡ ਫਰੋਮ ਦੇਅਰ ਸਰਵਿਸਿਸ ਬਿਕੋਜ਼ ਦੇਅਰ ਸਟਾਫ ਐਂਡ ਫੈਕਲਟੀ ਮੈਂਬਰਸ ਆਰ ਵੈਰੀ ਡਿਲੀਜੈਂਸ ਐਂਡ ਪ੍ਰੋਵਾਈਡ ਗੁੱਡ ਸਰਵਿਸਿਸ ਟੂ ਆਲ ਸਟੂਡੈਂਟਸ ਸੋ ਮੈਂ ਇਹੀ ਰਿਕਮੈਂਡ ਕਰਨਾ ਚਾਹੂੰਗੀ ਕਿ ਸਾਰੇ ਸਟੂਡੈਂਟਸ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਨ ਐਂਡ ਆਪਣੀ ਪ੍ਰੋਫਾਈਲ ਸ਼ੇਅਰ ਜ਼ਰੂਰ ਕਰਨ ਡੈਫੀਨੇਟਲੀ ਦੇ ਵਿਲ ਗੈਟ ਦੀ ਵੀਜ਼ਾਸ